ਐ ਬੜਾ ਸੋਹਣਾ ਪਰਨੇ ਅੱਖਾਂ ਨੀ ਖੋਲੀਆਂ ਸੋਹਣਿਆ ਕਾ ਮੁਸਕਰਾ ਪਏ ਜ਼ਮਾਨੇ ਬਰਦੀਆਂ ਮੁਸਕਰਾਟਾਂ ਮੇ ਹਜ਼ੂਰ ਦੀ ਮੁਸਕਰਾਹਟ ਤੋਂ ਕੁਰਬਾਨ ਕਰਦੇ ਆ ਦੁਆ ਕਰਿਆ ਕਰੋ ਜਦੋਂ ਆਖਰੀ ਵੇਲਾ ਹੋਵੇ ਸੋਹਣਾ ਇੰਜ ਹੀ ਮੁਸਕਰਾਉਂਦਾ ਸਾਹਮਣੇ ਆ ਜਾਏ ਮੇਰੇ ਅੱਗਾਂ ਮੁਸਕਰਾ ਕੇ ਫਰਮਾਇਆ ਚਾਚੀ ਅੰਮਾ ਬਕਤ ਮੁਬਾਰਕ ਮੇਰੇ ਅਕਾ ਅਲੀ ਸਲਾਤ ਸਲਾਮ ਨੇ ਹੱਥਾਂ ਤੇ ਉਠਾਇਆ ਤੇ ਆਸਮਾਨ ਵੱਲ ਚਿਹਰਾ ਉਠਾਇਆ ਫਿਰ ਅਲੀ ਵੱਲ ਫਿਰ ਆਸਮਾਨ ਵੱਲ ਫਿਰ ਅਲੀ ਵੱਲ ਇਹਦਾ ਮਤਲਬ ਹੈ ਸੀ ਰੱਬਾ ਮੇਰਾ ਵੀ ਨਾਂ ਤੂੰ ਰੱਖਿਆ ਹੁਣ ਇਹਦਾ ਵੀ ਦੱਸ ਨਾਂ ਕੀ ਰੱਖਣਾ ਅੱਲਾ ਅੱਲਾ ਮੇਰੇ ਬਾਇਆ ਜੀ ਨੂੰ ਤੀਸਰੀ ਵਾਰ ਆਇਆ ਆਸਮਾਨ ਵੱਲ ਵੇਖ ਕੇ ਮੇਰੀ ਸਰਕਾਰ ਨੇ ਮੌਲਾ ਅਲੀ ਵੱਲ ਵੇਖਿਆ ਮੇਰੀ ਸਰਕਾਰ ਨੇ ਫਰਮਾਇਆ ਚਾਚੀ ਅੰਮਾ ਇਹਦਾ ਨਾਂ ਅਲੀ ਨਾ ਰੱਖ ਦਈਏ ਅੱਗੋਂ ਚਾਚੀ ਅੰਮਾ ਬੋਲ ਕੇ ਆਉਂਦੀ ਵੇ ਸੋਹਣਿਆ ਜਦੋਂ ਤਵਾ ਪੇ ਕਾਬਾ ਕਰਦਿਆਂ ਮੈਂ ਚੌਥੇ ਚੱਕਰ ਤੇ ਆਈ ਸਾਂ ਮੇਰੇ ਕੰਨਾਂ ਵਿੱਚ ਆਵਾਜ਼ ਆਈ ਸੀ ਫਾਤਿਮਾ ਅੱਲਾ ਤੈਨੂੰ ਜਿਹੜਾ ਪੁੱਤਰ ਦੇਵੇਗਾ ਉਹਦਾ ਨਾਂ ਅਲੀ ਰੱਖ ਦੇਵੀ ਉਹਦਾ ਨਾਂ ਅਲੀ ਰੱਖ ਦੇਈ ਮੇਰੀ ਸਰਕਾਰ ਨੇ ਨਾ ਗੁੜਤੀ ਦਿੱਤੀ ਨਾਂ ਰੱਖਿਆ ਤੇ ਮੌਲਾ ਅਲੀ ਪਾਕ ਨੇ ਨਾ ਝਟਪਟ ਅੱਖਾਂ ਖੋਲ ਦਿੱਤੀਆਂ ਜਦੋਂ ਮੇਰੇ ਮੌਲਾ ਅਲੀ ਕਰਮ ਅੱਲਾ ਵਜਹੁਲ ਕਰੀਮ ਨੇ ਅੱਖਾਂ ਖੋਲੀਆਂ ਨਾ ਮੇਰੀ ਸਰਕਾਰ ਨੇ ਫਰਮਾਇਆ ਚਾਚੀ ਅੰਮਾ ਤੁਸੀਂ ਤੇ ਫਰਮਾਉਂਦੀਆਂ ਸੋ ਇਹ ਨਬੀਨਾ ਇਹਨੇ ਅੱਖਾਂ ਨਹੀਂ ਖੋਲੀਆਂ ਇਹ ਹੁਣ ਅੱਖ ਚਮਕਦਾ ਹੀ ਕੋਈ ਨਹੀਂ ਅੱਲਾ 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 ਪਹਿਲੇ ਅੱਖਾਂ ਖੋਲੀਆਂ ਨਹੀਂ ਹੈ ਬੜੇ ਸੋਹਣੇ ਨਰਗਸੀ ਨੈਣ ਸੋਹਣਾ ਮੁਖੜਾ ਵੀ ਜਿਹੜਾ ਹੈ ਹੀ ਅਲੀ ਏ ਉਹ ਕਿੱਡਾ ਕੁ ਸੋਹਣਾ ਹੋਏ ਅੱਲਾਹ ਅਕਬਰ ਮੇਰੀ ਸਰਕਾਰ ਨੇ ਇਹਨੇ ਚੁੱਕਿਆ ਆਇਆ ਤਾਂ ਉੱਤੇ ਮੌਲਾ ਅਲੀ ਮੁਸਕਰਾ ਪਏ ਤੇ ਵੇਖੀ ਜਾ ਰਹੇ ਨੇ ਮੇਰੇ ਅਕਾ ਅਲੀ ਸਲਾਤੋ ਸਲਾਮ ਨੇ ਫਰਮਾਇਆ ਚਾਚੀ ਅੰਮਾ ਤੁਸੀਂ ਨੇ ਫਰਮਾਉਂਦੀਆਂ ਸੋਏ ਨਬੀ ਲੈ ਇਹ ਅੱਖਾਂ ਖੋਲਦਾ ਨਹੀਂ ਹੁਣ ਅੱਖ ਚਮਕਦਾ ਹੀ ਕੋਈ ਨਹੀਂ ਅੱਗੋਂ ਚਾਚੀ ਅੰਮਾ ਬੋਲ ਕਹਿੰਦੀ ਵੇ ਸੋਹਣਿਆ ਫਿਰ ਤੁਸੀਂ ਜਾਣੋ ਯਾ ਤੁਹਾਡਾ ਵੀਰ ਅਲੀ ਜਾਣੇ ਤੁਹਾਡਾ ਵੀਰ ਅਲੀ ਜਾਣੇ ਮੌਲਾ ਅਲੀ ਪਾਕ ਹਜ਼ੂਰ ਦਾ ਦੀਦਾਰ ਪੇ ਕਰਦੇ ਨੇ ਮੈਂ ਨਕਸ਼ਾ ਤੁਹਾਡੇ ਸਾਹਮਣੇ ਰੱਖਾਂ ਅਕਾ ਅਲੀ ਸਲਾਤੁ ਸਲਾਮ ਫਰਮਾਉਂਦੇ ਨੇ ਮੋਮਨ ਹੋਵੇ ਜਿਹਦੇ ਵੱਲ ਵੇਖਿਆ ਅੱਲਾ ਯਾਦ ਆ ਜਾਏ ਮੋਮਨ ਹੋਵੇ ਜਿਹਦੇ ਵੱਲ ਵੇਖਿਆ ਅੱਲਾ ਯਾਦ ਆ ਜਾਏ ਇਹ ਮੋਮਨ ਦੀ ਸੂਰਤ ਦਾ ਹਾਲ ਏ ਤੇ ਜਿਹਨੂੰ ਵੇਖ ਕੇ ਈਮਾਨ ਰੱਖ ਕੇ ਕਲਮਾ ਜਿਹਦਾ ਪੜ੍ਹ ਕੇ ਜਿਹਦੇ ਉੱਤੇ ਸਿਦਕ ਦੇ ਨਾਲ ਯਕੀਨ ਤੇ ਈਮਾਨ ਰੱਖ ਕੇ ਬੰਦਾ ਮੋਮਨ ਹੁੰਦਾ ਉਸ ਮੁਸਤਫਾ ਦੇ ਚਿਹਰੇ ਵੱਲ ਵੇਖ ਕੇ ਕੀ ਹੁੰਦਾ ਹੋਏ ਅੱਲਾ ਅੱਲਾ ਮੇਰਾ ਦੀ ਸ਼ਕਲ ਲੈ ਕਿਵੇਂ ਮੁਖੜੇ ਤੋਂ ਮੈਂ ਨਦਰਾਂ ਘਟਾਵਾਂ ਕਿ ਤੇਰੇ ਵਿੱਚੋਂ ਇਹ ਰੱਬ ਦਿਸਦਾ ਕਿਵੇਂ ਮੁਖੜੇ ਤੋਂ ਨਦਰਾਂ ਘਟਾਵਾਂ ਕਿ ਤੇਰੇ ਵਿੱਚੋਂ ਜਿਹੜੇ ਆਸਾਨੀ ਨਾਲ ਪੜ੍ਹ ਸਕਦੇ ਮੈਨੂੰ ਪਤਾ ਰੋਂਦੇ ਨੇ ਕਈਆਂ ਕੋਲ ਬੋਲਿਆ ਜਾਣਾ ਕਈਆਂ ਕੋਲ ਨਹੀਂ ਬੋਲਿਆ ਜਾਣਾ ਮਗਰ ਜ਼ਿਕਰ ਅਲੀ ਏ ਕਿਵੇਂ ਮੁਖੜੇ ਤੋਂ ਨਦਰਾਂ ਘਟਾਵਾਂ ਕਿ ਤੇਰੇ ਵਿੱਚੋਂ ਰੱਬ ਦਿਸਦਾ
के तेरे विचों। ये जुमला ते सारे मिलके कह लो जी करदा मैं तेनू वेख जावा के तेरे विचों रब दिसदा मौला अली करम लवा झूल करीम जदों जवान होए आकानी सला तो सला उन्हें पूछिया अली यार बचपन विच अखानी सी खोलियां वजह की अर्ज की सोनिया बैतुल्ला विच विलादत लई ए गल होई सी अखा में उदों खोलणियां ने जदों सामने रब्बा तेरा यार आ जाए। अल्लाह अकबर। मौला कायनात मौला अली करम अल्लाह वजह उल करीम थोड़े जे जवान होए ना थोड़े जे बड़े होए हो संभली। अल्लाह करीम ने हुक्म दिता महबूबा सारे मक्के वाले नु इकट्ठियां करके इन्हां नु मेरा पैगाम तो दे दे। वो पैगाम जिस पैगाम की वजह तो असीं सारे मोमन सोने इकट्ठियां कर। मौला अली करम अल्लाह वजह उल करीम नु अकाली सलातु सलाम ने फरमाया चूंकि उन्होंने घर रहिंदे सन अकाली सलातु सलाम ने फरमाया अली मैं मक्के वाले ने दावत करन लगा ते लंगर ते पकवा दावत करनी है। मौला अली करम अल्लाह वजहुल करीम गए घर मेरी सरकार अलैहि सलातो व सलाम ने लोगों नु इकट्ठिया किया। हुण आम जे को बंदा दावत दवे ते बंदे आ जान ते साबे असरो रसूख अगर दावत दवे ते जिन नहीं भी आना हुंदा ना उन्हें भी आ जाना हुंदा ते फिर आवाज वो मारे जिन्हें सारी जिंदगी झूठ बोले ही नहीं। बड़ा बड़ा जुमला है गज के कहो यार सुभान अल्लाह। इंशाल्लाह जिन्हें नबी दे नाम तो मौला अली दे नाम तो बोलना है इंशाल्लाह अल्लाह पाक वो दे बड़ी करम नवाजी फरमाएगा। फिर सद्या उन्हें जिन्हें सारी जिंदगी जुबान ते झूठ ले आंदा ही जिन्हें किसी ने धोखा नहीं दिता जिन्हें किसी की अमानत के अंदर खयानत नहीं की जिन्हें कभी किसी की चुगली गिबत नहीं की उस अजीम जात ने सद्या। अल्लाह करीम ने फरमाया सद महबूबा मैं वल दसा इस अंदाज दे नाल सदी। अल्लाह करीम ने तरीका कुरान पाक विच रख दिता। आओ मैं कुरान पढ़न लगा बाबा दे बुलंद कह दो सुभान अल्लाह। परवरदिगार आलम ने फरमाया कुल या अय्युहन नासु इन्नी रसूलुल्लाह इलैकुम फरमाया महबूब लबां नूं खोलो मिठा मिठा बोलो लोगां नूं कह दिओ मैं तुहाडे वल अल्लाह दा रसूल आया वा मैं तुहाडे वल अल्लाह दा रसूल आया वा। हजरत नी वकार काफर गल्लां करन लग पाए चे मगोइयां करन लग पाए कहन लगे मुहम्मद सल्लल्लाहु तआला अलैहि वबारिक वसल्लम सानू इस लई सद्दिए मसा कोई नहीं मनना अजे मेरे मुस्तफा दे दिल गमगीन होया है। मौला अली करम अल्लाह वजूल करीम ने छाल मारी ते हुजूर कोल अर्ज कीती सोनिया कोई नहीं मनदा ना मल्ले मैं ते मनना वा तुसी अल्लाह दे रसूल हो तुसी अल्लाह दे रसूल हो। ये मौला अली करदा मतलब वजहुल करीम दी शान ए बबरकात ए। आका अली सलातो सलाम ने फरमाया अली तेनू अल्लाह ने एडा अजर देना है कि बच्चियां विचों सब तो पहले ईमान लियाण वाला तू ही। किसे पुछया अली केड़ा काम एडा जिहदे ते तेनू बड़ा माण है कहन लगे मैं पहला मोमन हाँ ते जदों नमाजां नाजल होईयां पहले मैं पढ़ी मैं मोमन भी पहला वां नमाजी भी पहला। अल्लाह अकबर। ए मौला अली करम अल्लाह वजहुल करीम नू अल्लाह ने शान अता फरमाई है जदों अल्लाह के हबीब अली सलातु सलाम हिजरत फरमा के ना ते मदीने जान लगे आका अली सलातु सलाम ने फरमाया अली अर्ज की जी सोना फरमाया मेरे बिस्तर ते सो जाएगा बाहर दुश्मन नंगियां तलवारां लैके खड़े ने बंदा ना मिले ते जेड़ा ओहदी थां ते मिले ओह ते नहीं ना बचदा अर्ज की सोने मैं सोना आका अली सलातो सलाम ने फरमाया फिर चेक कर ला अली खतरा बड़ा है। आपने फरमाया वो कादा अली है जेड़ा खतरियां तो डर जाए वो कादा अली है जेड़ा
خطریاں تو ڈر جائے۔ عرض کی تھی سونے میں حاضر ہاں، میرے آقا علیہ الصلوۃ والسلام نے فرمایا، علی پھر سوچ لائے، عرض کی تھی نہیں سونا میں حاضر ہاں، میرے آقا علیہ الصلوۃ والسلام نے صلاح دیتا، آ میرے آقا علیہ الصلوۃ والسلام چلے گئے۔ وہ علیحدہ موضوع ہے، میں لیکن شان مولا علی ذکر کرنی ہے۔ آسمان دے اتنے جبریل بھی ہے، میکائیل بھی ہے، اسرافیل بھی ہے، عزرائیل ہے۔ اللہ نے فرمایا جبریل تو اپنی جان میکائیل تے قربان کر دے گا؟ عرض کیتی نا۔ فرمایا میکائیل تو جبریل تے جان قربان کر دے گا؟ عرض کیتی نا۔ فرمایا اسرافیل تو اسرائیل تے قربان کر دے گا؟ عرض کیتی نا نا۔ فرمایا اسرائیل تو اسرافیل تے؟ عرض کیتی نا نا۔ اللہ کریم نے فرمایا پھر تھلے ویکھو، علی جان پیا قربان کردا جے مصطفیٰ دے اوپر، علی جان پیا قربان کردا مولا مصطفیٰ علیہ الصلوۃ والسلام اوپر، ویکھو میرے علی وال، اللہ اکبر۔ حضرت وقار مولا علی کرم الوجہ الکریم کولوں کدی کسی نے پوچھیا، یار تو ہر ویلے مسلے تے کھلوتا رہے یا سجدے وچ رہے لے، او تو سوندا نہیں؟ مولا علی پاک نے بڑا تاریخی جملہ ارشاد فرمایا، ہم نے فرمایا پوچھن والے آ کیویں نا دساں، میں ستا وا پر ادو ستا وا جدوں نبی سوا گے نے، میں ادو رج کے ستا وا جدو میرے مصطفیٰ سوا گئے نے۔ کافران نے اٹھایا، مولا علی اٹھ کے فرما دے نے خیر، کہندے نبی کتے نے؟ آپ نے فرمایا نبی اوتھے ہوندا جتھے علی ہووے، نبی اوتھے ہوندا جتھے علی ہووے۔ جیڑی گل کرنی میرے نال کر، اللہ اکبر۔ جدوں مصطفیٰ علیہ الصلوۃ والسلام والے آئے سن، سینہ تان کے آئے سن، جدوں مولا علی پاک والی شجاعت والے ویکھیا نا، تے گردنا جھکا کے نکل کے کہن لگے، علی تیرے نال اسی گل نہیں کر سکدے۔ آپ نے فرمایا جن حضور نال وی انج گل کیتی، میں علی اگے کھلوتا ہوں۔ اٹھا کے دیکھو سیرت، غزوہ بدر تے علی اگے وے، غزوہ احد علی اگے وے، غزوہ خندق علی اگے وے، غزوہ خیبر علی اگے وے۔ علی کیوں اگے وے؟ اس وجہ کر کے کہ علی نو نبی نال بڑا پیار ہے، علی نو نبی نال بڑا پیار ہے۔ حضرت علی وقار میری سرکار نے مولا علی کرم الوجہ الکریم دا بازو پکڑیا، انج بلند کر کے فرمایا، صحابہ سن لو، من کنتم مولا فہذا علی مولا۔ فرمایا صحابہ چیتا رکھیا جی، جیدا جیدا میں مولا اودا اودا، اینے اک نو یقین سارے بولو، جیدا جیدا میں مولا اودا۔ یہ میرے مصطفیٰ دی سنت ہے، لفظ میں نہیں بولدا، میرے مصطفیٰ علیہ الصلوۃ والسلام نے بولے نے، تے بازو انج چک کے بولے نے، ہتھاں بلند کر کے، جیدا میں مولا اودا، جیدا میں مولا اودا۔ اللہ اللہ اللہ، اے میرے مصطفیٰ نے اعلان فرمایا، فرمایا جیدا میں مولا اودا علی مولا۔ تے حضرت فاروق آدم رضی اللہ تعالی عنہ پجے پجے آئے، تے حضرت مولا علی پاک نے سینے نال لا کے فرمان لگے، یا علی او میرے بھی تسی مولا ہو، کیونکہ نبی میرے مولا نے تے تسی بھی میرے مولا ہو۔ اللہ اکبر۔ بڑے بڑے مان گئے نے، اسی تے عام جے بندے۔ نبی علیہ الصلوۃ والسلام نے فرمایا جیدا میں مولا اودا، اللہ اکبر۔ حضرت نے وقار پھر مل کے باواں دے بلند، علی علی کو تیرے دکھ مک جان گے، علی علی کو تیرے دکھ مک جان گے، علی علی کو تیرے دکھ مک۔ آپ عبدالستار صاحب میرے وال توجہ، مہربانی، ذکر ایسا ہے کہ یہ توجہ دے نال سننا، جہاں ہے نا یہ بڑا لطف ہوتا ہے۔ سارے مل کے، علی علی کو تیرے دکھ مک جان گے، علی علی کو تیرے دکھ مک جان گے، علی علی کو دما دم، علی علی کو تو ہر دم، علی علی کو تیرے دکھ مک جان گے، گما دے طوفان ویکھی دینا چک جان گے، علی علی کر دما دم، علی علی کر تو ہر دم، علی سنی تے تو ہونی ہے حدیث
ਸੀ ਮੁਸਤਫਾ ਦੀ ਅਲੀ ਵੱਲ ਵੇਖਣਾ ਇਬਾਦਤ ਖੁਦਾ ਦੀ ਵੇਖੀ ਜਾ ਆ ਜਾ ਸਜਣਾ ਵੇਖੀ ਜਾ ਵੇਖੀ ਤੇਰੇ ਐਬ ਤੁਪ ਜਾਣਗੇ ਵੇਖੀ ਜਾ ਵੇਖੀ ਤੇਰੇ ਐਬ ਤੁਪ ਜਾਣਗੇ ਗਮਾਂ ਦੇ ਤੂਫਾਨ ਵੇਖੀ ਡੇਰਾ ਚੁੱਕ ਜਾਣਗੇ ਅਲੀ ਅਲੀ ਕਰ ਹਰਦਮ ਅਲੀ ਕਿਉਂ ਅਲੀ ਦਾ ਜ਼ਿਕਰ ਕਰਾ ਰਹੇ ਕੀ ਵਜ੍ਹਾ ਵਜ੍ਹਾ ਕੀ ਅਲੀ ਦਾ ਜ਼ਿਕਰ ਕਰਾਉਣਾ ਮੇਰੇ ਆਕਾ ਆਪਣੇ ਹੁਜਰੇ ਮੁਬਾਰਕ ਚ ਬੈਠੇ ਨੇ ਤੇ ਕਿਸੇ ਨੇ ਦਾਵਤ ਕੱਲੀ ਹਜ਼ੂਰ ਨੂੰ ਖਾਣੇ ਦੀ ਮੇਰੇ ਆਕਾ ਅਲੈਹਿ ਸਲਾਤੁ ਸਲਾਮ ਨੇ ਸਾਹਮਣੇ ਖਾਣਾ ਰੱਖਿਆ ਇੰਜ ਹੱਥ ਉਠਾ ਲਏ ਅੱਜ ਕੋਈ ਨਬੀ ਦਾ ਵਸੀਲਾ ਪਾ ਕੇ ਦੁਆ ਮੰਗੇ ਅੱਲਾ ਸੁਣ ਲੈਂਦੇ ਤੇ ਖੁਦ ਹਜ਼ੂਰ ਦੁਆ ਕਰਨ ਤੇ ਕੀ ਆਲਮ ਹੋਏਗਾ ਅੱਲਾ ਸਾਡੇ ਨਬੀ ਦੀਆਂ ਦੁਆਵਾਂ ਦਾ ਸਦਕਾ ਸਾਰਿਆਂ ਦੀਆਂ ਦੁਆਵਾਂ ਕਬੂਲ ਫਰਮਾ ਇਹਨੇ ਆਸਮਾਨ ਵਾਲਾ ਹੱਥ ਉਠਾਏ ਅੱਲਾ ਜਿਹੜਾ ਤੈਨੂੰ ਪਿਆਰਾ ਲੱਗਦਾ ਅੱਜ ਉਹਨੂੰ ਟੋਣ ਦੇ ਅੱਜ ਮੈਂ ਉਹਦੇ ਨਾਲ ਰਲ ਕੇ ਖਾਣਾ ਖਾ ਲਾ ਥੋੜੀ ਦੇਰ ਗੁਜ਼ਰੀ ਅਲੀ ਆ ਗਏ ਅਲੀ ਆ ਗਏ ਜ਼ਹਰਾ ਦਾ ਸ਼ੋਹਰ ਆ ਗਿਆ ਇਮਾਮ ਹਸਨ ਦਾ ਬਾਬਾ ਆ ਗਿਆ ਇਮਾਮ ਹੁਸੈਨ ਦਾ ਬਾਬਾ ਆ ਗਿਆ ਸੈਯਦ ਜ਼ੈਨਬ ਦਾ ਬਾਬਾ ਆ ਗਿਆ ਕੌਣ ਅਲੀ ਸਾਡੇ ਨਬੀ ਦਾ ਵੀਰ ਆ ਗਿਆ ਸਹਾਬਾ ਦਾ ਮਸ਼ੀਰ ਆ ਗਿਆ ਕੁੱਲ ਪੀਰਾਂ ਦਾ ਪੀਰ ਆ ਗਿਆ ਮੇਰੇ ਮੁਸਤਫਾ ਅਲੈਹਿ ਸਲਾਤੁ ਵਸਲਾਮ ਨੇ ਸਾਹਮਣੇ ਬਿਠਾਇਆ ਵੇਖ ਕੇ ਮੁਸਕਰਾ ਰਹੇ ਨੇ ਅਰਜ਼ ਕੀਤੀ ਸੋਹਣਿਆ ਬਚਪਨ ਤੋਂ ਲੈ ਕੇ ਹੁਣ ਤਾਂ ਤੁਹਾਡੇ ਨਾਲ ਆਉਂਦਾ ਜਾਂਦਾ ਰਿਹਾ ਖਾਂਦਾ ਪੀਂਦਾ ਰਿਹਾ ਇੰਜ ਦੀ ਮੁਸਕਰਾਹਟ ਪਹਿਲਾਂ ਕਦੇ ਨਜ਼ਰ ਨਹੀਂ ਆਈ ਆਕਾ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ ਅਲੀ ਅੱਗੇ ਤੇ ਮੈਂ ਸੋਚਦਾ ਸਾਂ ਤੇਰੇ ਨਾਲ ਮੈਂ ਹੀ ਪਿਆਰ ਕਰਨਾ ਵਾ ਜਾਂ ਅਬੂ ਬਕਰ ਪਿਆਰ ਕਰਨ ਲੈ ਜਾਂ ਉਮਰ ਪਿਆਰ ਕਰਨ ਲੈ ਜਾਂ ਉਸਮਾਨ ਪਿਆਰ ਕਰਨ ਲੈ ਜਾਂ ਸਿਹਾਬਾ ਪਿਆਰ ਕਰ ਲੈਣੇ ਅੱਜ ਪਤਾ ਲੱਗਾ ਅੱਲਾ ਵੀ ਅੱਜ ਪਤਾ ਲੱਗਾ ਤੇਰੇ ਨਾਲ ਅੱਲਾ ਵੀ ਬੜਾ ਪਿਆਰ ਕਰਦਾ ਹੈ ਹੁਣ ਉਹਦਾ ਜ਼ਿਕਰ ਹੈ ਜਿਹਦੇ ਨਾਲ ਅੱਲਾ ਅੱਲਾ ਦੇ ਰਸੂਲ ਪਿਆਰ ਕਰਦੇ ਨੇ ਜ਼ਿਕਰ ਕਰੋਗੇ ਮੌਲਾ ਅਲੀ ਦਾ ਅੱਲਾਹ ਅਕਬਰ ਕਿਉਂਕਿ ਰੋਜ਼ਿਆਂ ਦੇ ਅੰਦਰ ਮੌਲਾ ਅਲੀ ਪਾਕ ਦੀ ਸ਼ਹਾਦਤ ਹੈ ਤੇ ਮੈਂ ਵੀ ਪਿਆ ਪੜ੍ਹਨਾ ਵਾਂ ਤੁਸੀਂ ਵੀ ਪੜ੍ਹਦੇ ਹੋ ਤੇ ਜਿਹੜਾ ਉੱਚੀ ਪੜ੍ਹੇ ਮੇਰੀ ਦੁਆ ਹੈ ਸਦਕਾ ਮੌਲਾ ਅਲੀ ਦੇ ਬੱਚਿਆਂ ਦਾ ਅੱਲਾ ਉਹਦੀ ਬਗੈਰ ਹਿਸਾਬ ਮਗਫਰਤ ਫਰਮਾਏ ਕਿਉਂਕਿ ਮਗਫਰਤ ਦਾ ਆਸ਼ਰਾ ਜਾ ਰਿਹਾ ਹੈ ਗੱਜ ਵੱਜ ਕੇ ਅਲੀ ਅਲੀ ਕਰ ਤੇਰੇ ਦੁੱਖ ਮੁੱਕ ਜਾਣਗੇ ਅਲੀ ਗੇ ਅਲੀ ਅਲੀ ਕਰ ਤੇਰੇ ਦੁੱਖ ਹਜ਼ਰਤ ਦੀ ਵਕਾਰ ਕੌਣ ਮੌਲਾ ਅਲੀ ਕਰਨ ਵਾਲਾ ਮਜਹੂਲ ਕਰੀਮ ਆਪਦੀ ਅਜ਼ਮਤ ਤੋਂ ਸ਼ਾਨ ਮੈਂ ਕਿਵੇਂ ਬਿਆਨ ਕਰਾਂ ਇੱਕ ਯਹੂਦੀ ਆਇਆ ਮੌਲਾ ਅਲੀ ਕਰਨ ਵਾਲਾ ਮਜਹੂਲ ਕਰੀਮ ਦੇ ਕੋਲ ਆ ਕੇ ਕਹਿਣ ਲੱਗਾ ਮੈਂ ਅਲੀ ਨੂੰ ਮਿਲਣਾ ਆਮਨੇ ਫਰਮਾਇਆ ਗੱਲ ਕਰ ਮੈਂ ਹੀ ਅਲੀ ਹਾਂ ਮੌਲਾ ਅਲੀ ਪਾਕ ਵੱਲ ਵੇਖ ਕੇ ਕਹਿਣ ਲੱਗਾ ਤੂੰ ਤੇ ਐਵੇਂ ਕੋਈ ਹੋਰ ਵੀ ਮਦੀਨੇ ਵਿੱਚ ਅਲੀ ਏ ਆਮਨੇ ਫਰਮਾਇਆ ਉਹ ਤੂੰ ਮਦੀਨੇ ਦੀ ਗੱਲ ਕਰਨਾ ਪੂਰੇ ਜੱਗ ਵਿੱਚ ਇੱਕੋ ਹੀ ਅਲੀ ਤੂੰ ਮਦੀਨੇ ਦੀ ਗੱਲ ਕਰਨਾ ਪੂਰੇ ਜੱਗ ਵਿੱਚ ਅਲੀ ਇੱਕੋ ਹੀ ਏ ਜਿਹਨੂੰ ਅੱਲਾ ਨੇ ਸ਼ਾਨਾ ਤੇ ਮਰਤਬੇ ਤੇ ਮੁਕਾਮ ਅਤਾ ਫਰਮਾਇਆ ਕਹਿਣ ਲੱਗਾ ਜੀ ਮੈਂ ਤੁਹਾਡੇ ਕੋਲ ਮਸਲਾ ਪੁੱਛਣ ਆਇਆ ਆਪਨੇ ਫਰਮਾਇਆ ਪੁੱਛ ਮਸਲਾ ਕੀ ਪੁੱਛਣਾ ਹੈ ਕਹਿਣ ਲੱਗਾ ਜੀ ਮੇਰੇ ਗੱਲ ਦਾ ਜਵਾਬ ਦਵੋ ਅਗਰ ਸਵਾਲ ਦਾ ਜਵਾਬ ਦੇ ਦਿੱਤਾ ਤੇ ਮੈਂ ਤੁਹਾਡਾ ਮੇਰੇ ਨਾਲ ਜਿਹੜੇ ਬੰਦੇ ਆਏ ਨੇ ਉਹ ਵੀ ਤੁਹਾਡੇ ਤੇ ਜੇ ਨਾ ਜਵਾਬ ਦੇ ਸਕੇ ਤੇ ਤੁਸੀਂ ਸਾਡੇ ਆਪਨੇ ਫਰਮਾਇਆ ਪੁੱਛੋ ਜਿਹੜੀ ਗੱਲ ਪੁੱਛਣੀ ਹੈ ਮੈਂ ਨਬੀ ਕੋਲੋਂ ਪੜਿਆ ਅੱਲਾ 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 ਮੈਂ ਨਬੀ ਕੋਲੋਂ ਪੜਿਆ ਤੇ ਮੇਰੇ ਆਕਾ ਦੀ ਸ਼ਾਨ ਕੀ ਏ ਸੂਰਤੁਲ ਆਲਾ ਦੀ 6 ਨੰਬਰ ਆਇਤ ਏ ਅੱਲਾ ਫਰਮਾਂਦਾ ਸਨੁਕਰੀ ਉਕਾ ਫਲਾ ਤਨਸਾ ਮਹਬੂਬਾ ਅਸੀਂ ਤੁਹਾਨੂੰ ਇੰਨਾ ਪੜਾਵਾਂਗੇ ਐਸਾ ਪੜਾਵਾਂਗੇ ਕਦੀ ਤੁਸੀਂ ਭੁੱਲਣਾ ਹੀ ਨਹੀਂ ਆਪਨੇ ਫਰਮਾਇਆ ਨਾ ਮੇਰਾ ਉਸਤਾਦ ਭੁੱਲਣ ਵਾਲਾ ਹੈ ਤੇ ਨਾ ਮੈਂ ਭੁੱਲਣ ਵਾਲਾ ਮੈਂ ਜਵਾਬ ਦੇਣਾ ਪੁੱਛੋ ਹੁਣ ਸਵਾਲ ਕੀਤਾ ਅਲੀ ਦੱਸੋ
एक के दो कोई नहीं, दो ने तीन कोई नहीं, तीन ने चार कोई नहीं, चार ए पांच कोई नहीं, पांच ने छे कोई नहीं, छे ने सात कोई नहीं, सात ने आठ कोई नहीं, आठ ने नौ कोई नहीं, नौ ते दस कोई नहीं, दस ते ग्यारह कोई नहीं, ग्यारह ते बारह कोई नहीं, बारह ते तेरह कोई नहीं। ते नाले ए भी दसो केड़ा मर्द है जेड़ा बगैर मां प्यो तो पैदा होया है, वो केड़ी औरत है जेड़ी बगैर मां प्यो तो पैदा हुई है, वो केड़ा मर्द है जेड़ा बगैर बाप तो मां दे शिकम चो पैदा होया है, वो केड़ा जानवर है जेड़ा पत्थर चो जन्म लिया है। हां नाले ए भी दस जे ओ केड़े दो दुश्मन ने जिन्हां दी कदे सुलह नहीं हुई, ते ए भी दस्या जे केड़े जानवर ने जेड़े आंडे देंदे ने, केड़े ने जेड़े बच्चे देंदे ने। मौला अली करम अल्लाह वजहुल करीम वल वेख के ना सारे जोदी मुस्कराए, मुस्करा के कहन लगे हुण पता लगना है ना, आना मदीनत इल्म वाली जन बाबू हा नबी अली सलातो सलाम ने फरमाया मैं इलम दा शहर हाँ, अली ओदा दरवाजा है, अज पता लगना है सवालों का जवाब किवें अदा करदे ने। मौला अली मुस्करा के फरमा देने होर कोई है जे पुछ लो, मुस्तफा दा शगीर दा पुछो। आपने फरमाया मैं जवाब दे देना जेड़ा एक दो कोई नहीं हो अल्लाह अल्लाह वास्ते उची कहो सुभान जी अल्लाह पाक तुहानू सलामत रखे। लैसा कमिसली ही शई हुण अल्लाह होवे जिहदे वर्गा है ही कोई नहीं, जेड़ा एक दो कोई नहीं हो अल्लाह, जेड़ा दो तीन कोई नहीं हो दिन ते रात, फरमाया जिन्हें तीन ने चार कोई नहीं हो लोह कलम कुर्सी है, जिन्हें चार ने पांच कोई नहीं वो आसमानी किताबा ने तोरा जबूर इंजील कुरान, वो चार किताबा ने पांच कोई नहीं, जिड़िया पांच ने छे कोई नहीं, वो फर्द नमाज़ा ने फजर दोहर असर मगरब इशा। इधर वाले हो तुसी भी बोलो अल्लाह पंजा दी तौफीक अता करे, वो जिने छे ने सत कोई नहीं वो सत दिन ले, जिन्हां विच अल्लाह ने सत जमीन आसमान बनाए, वो जेड़े सात ने अठ कोई नहीं वो सात आसमान खलक समा समावाती वो सात आसमान, वो जेड़े अठ ने नौ कोई नहीं वो फरिश्ते ने जिड़े अरशां दे पावे फड़े हुए ने, वो जेने नौ ने दस कोई नहीं वो यो नौ ने वो बदबखत ने जिन्हें साले अलैहि सलाम दी उठनी दियां लत्तां शहीद कीतियां। आपने फरमाया जेने दस ने यारा कोई नहीं वो यो दस रोदे ने, जेड़े अल्लाह ने हाजियां नू अता कीते ने तिलका शरतुन कामिला, जेने यारा ने बारा कोई नहीं वो यो सितारे ने, जेड़े हज़रत यूसुफ अलैहि सलाम ने खां विच वेखिया तो ग्यारह सितारे ने बारह ते कोई नहीं, आमने फरमाया जेड़े बारह ने तेरा कोई नहीं हो, साल दे बारह महीने ने तेरा कोई नहीं, वो जेड़ा बगैर मां प्यो तो पैदा होए, वो अल्लाह दे पैगंबर हज़रत आदम सफीउल्लाह अलैहि सलातो सलाम ने जेड़े बगैर मां प्यो तो औरत पैदा होई, वो हज़रत बीबी हवा सलामुल्लाह अलैहा ने जेड़े बगैर बाप तो मां दे शिकम चो पैदा होए, वो हज़रत ईसा रूहुल्लाह ने जिन्हां दी आपस विच सुलह नहीं उंदी ओ जिंदगी ते मौत, ओ मेरे आका मौला अली जवाब दई होण ते मुंह विच उंगलां लई होण, नाले एक दूजे ने पुछी होण तुहानू क्या ही तैयारी करके सवाल करिया जे, इन्हां अगे तुसीं बड़े औखे सवाल लियांदे ने ते ओ साह ही नहीं लैंदे फटाफट जवाब दई आ रहे ने, पर जिन्हां दे शागिर्द दा हाल है उस उस्ताद इमामुल अंबिया दे इलम दा की हाल होवेगा, शगिरद तो पता लगता है ना उस्ताद दा, मुरीद तो पता लगता है मुर्शद दा, पुत्र तो पता लगता है बाप दा, ओ किड्डा अजीम शगिरद है तो उस्ताद किड्डा अजीम होएगा।
آپ نے فرمایا جنہیں دو دشمن نے جنہ دی کدے آپس وچ صلح نہیں ہوئی او زندگی تے موت انہاں دی کدے صلح ہو ہی نہیں سکدی آپ نے فرمایا سنو جڑا پتھر وچوں جانور پیدا ہویا ہے حضرت صالح علیہ السلام دی اٹھنی ہے جڑی پتھر وچوں پیدا ہوئی آپ نے فرمایا بیلی او نراز نہ آیو او نماز دا ویلا ہے کیویں میں دساں گنتی کر کر کے دسارا کیڑے جانور آنڈے دین دینے کیڑے جانور بچے دین دینے نماز دا ویلا آیو آرے آئے میں تینوں نشانی دس دینا جنہ دے کان اندر ہون گے او آنڈے دین دے ہون گے جنہ دے کان باہر ہون گے او بچے ہی دین دے ہون گے جنہ دے کان باہر ہون گے او بچے دین دے ہون گے ہوں بھی سائنس داناں نے نا ریسرچ کر کر کے تھک ہار گئے انہاں کہ یار سمجھ نہیں آتی ایکو نقطے وچ گل سمجھا دیتی علی نے ایکو نقطے وچ گل سمجھا دیتی علی نے وہ چھوٹا جا چمگادڑ کن باہر ہے بچے دیندا ہے ایڈا وڈا شتر مرغ ہے آنڈے دیندا ہے کن اندر نے یہ پھر پکی گل ہے جڑا جملہ بولیا میں دساں کہہ دو سبحان اللہ انج بولو جی میں بولن دا حق ہے سبحان اللہ او یہودی کہن لگے یار علی میں حیران آ میرے یار بھی حیران نے ہن دو ہی گلاں نے یا اللہ نے کائنات تیرے سامنے بنائی ہے یا او دے سامنے بنائی ہے جس نبی کولو تو پڑھدا رہیا ہے تے پھر گج وج کے علی دا ذکر کریے علی کڈا عالم ہے کڈا مقام علی علی کرے تیرے دکھ مک جان گے علی علی کرے دھرے علی علی کرے تیرے دکھ مک جان گے علی علی کرے تیرے دکھ مک جان گے علی علی بھائی بات سنو ایک بات ایماندار نے جنہیں پڑھنا ہے وہ ہاتھ چکا جنہیں نہیں پڑھنا وہ ناراض نہ ہوئے تھلے رہن دے جی کوئی نہیں وہ دی برانا بھی میں پڑھ لاں جنہیں پڑھنا ہے کیونکہ روزے سارے دن آج پتہ لگنا ہے نا پھر کنے بولنا ہے یارہ مہینے تو سارے بول دے رہندے نے روزے نہیں پتہ لگدا ہتن چکے ہیں نا علی دا ذکر ہاتھ بلند کر کے کرنا ساڈے نبی دی سنت میں اگے گل کیتی من کن تو مولا فہادا علی مولا ہوں ہتھاں بلند کر کے سارے علی علی کو ہر دم علی علی کو ہر دم علی علی کو تیرے دکھ مک جان گے علی علی کو تیرے دکھ مک جان گے علی علی کو ہر دم علی تیرے دکھ مک جان گے غم دے طوفان وکی ڈیرا چک جان گے علی علی کو تیرے دکھ مولا علی کرم اللہ وجہ الکریم دی عظمت و شان دے حوالے دے نال ہور بات عرض کراں مولا علی دی ذات آپ نے اللہ نے مقام مرتبے بڑے عطا فرمائے نے ایک دن یار آپ دے نال نے سفر پہ کردے نے مولا علی کرم اللہ وجہ الکریم نے نا سفر دے اندر اپنے یاراں نے پوچھا کچھ کھانا پینا جی انہاں کہا جی پیاس بڑی لگی مولا علی پاک نے فرمایا او جڑا پتھر پیا انہوں چکو تھلو پانی نکل آئے گا تھلوں پانی نکل آئے گا وہ سارے نے چکن دی کوشش کی تھی چکیا نہ گیا پانچ بندے دس بندے بھی بندے حتیٰ کہ چالی دے چالی لگے مگر پتھر نہ چکیا گیا اللہ دی حکمت ایسی ہے عرض کرتے ہیں یا علی یہ اسی اج تک ہون دے نہیں کہندے پے یا علی یہ بڑی دیر دا ٹریا آ رہا یا علی میرے علی پاک فرما دے ہاں خیر ہے انہوں نے کہا دور پتھر نہیں چکیا جاتا ساڈے نال لگو آپ نے فرمایا نہیں تو اسی پیچھے ہو جاؤ میں چک لینا علی کلے چک لو گے آپ نے فرمایا میں نبی دا جھوٹا کھاندا رہا ہوں میں سونے نبی دا جھوٹا کھاندا رہا وا میرا مقام اللہ کریم نے بڑا بلند و بالا رکھی ہے بڑا آلہ رکھی ہے حضرت دی وقار تے غور کرنا مولا علی پاک نے پتھر چکی ہے تے سٹ دیتا یار پانی پین لگ پئے سامنے ایک عمارت تے ایک راہ بیٹھا ہوا دوڑیا آ کے کہن لگا تسی نبی ہو
आपने फरमाया नहीं यार मैं नबी नहीं। कहन लगा फिर पक्की गल वीर अली ओ आपने फरमाया तेनू किन्ना दसी है। कहन लगा वेखो ये किताब ते लिखी है इस पत्थर नूं या नबी चुकेगा या नबी दा वीर अली चुकेगा। इस पत्थर नूं को आम अल्लाह अल्लाह मौला अली दी मैं की शान दसा नजर करे ते कंडे नू कली करदा मौला अली दा लगदा कुछ भी नहीं जेड़ा गैर अगे जाके तली करदा मौला अली भी जिसदा भला चावन अल्लाह पाक भी उस दी ओ पली करदा मुनकर साड़दा अली दा ना सुन के ते सुन्नी हर वेले अली ओ सुन्नी हर वेले अली। तीसरी बना बाबा दे बोलन सुन्नी हर वेले अली अली करदा सुन्नी हर वेले अली। मेरे मौला अली करम अल्लाह वजहुल करीम ने मिंबर ते बैठे ने आप दा ऐलान हुंदा सी सलोनी अम्मा शी तुम ओ मेरे को सवाल करो कोई भी सवाल हो मेरे को करो आप ऐलान करदे ने सवाल वाले सवाल करदे ने। एक दिन पता नहीं आपनू केड़ी मौज आई आपने फरमाया वे गल सुनो अज थले थले वाला सवाल कोई ना पूछे उतला ही को पूछो अज थले थले वाले सवाल कोई ना पूछो अज उतले ही पूछो क्यों मैं अली अरशां दे विराज आणा अदरात दी वकार जिब्रील अमीन आ गए बंदे दे शकल दा रों वटा के आ गए आके कहन लगे या अली बड़ा दावा कर दिता जे ए ते दसो जिब्रील किथे वे दसो जिब्रील किथे वे मेरी सरकार मौला अली करम वजहुल करीम ने आसमान वल वेख्या सच्चे वेख्या खब्बे वेख्या जमीन वल वेख्या पिछे वेख्या आमने फरमा होर किते नजर नहीं आउंदा सामने ही नजर आउंदा दो ही गल्लां ने या जिब्रील मैं वा या तू वे अल्लाह अकबर या जिब्रील तू में तो या अल्लाह अकबर जेड़ा अली इनिया जानदा होवे। एक यहूदी मौला अली पाक दी बारगाह च आकर अर्ज करदा है हजूर अल्लाह दे हबीब फरमांदे ने कि नमाज दे दो दर्जे ने एक अदना एक आला है तवज्जो होवे तो सुभान लगदा वा फरमा दे दो दर्जे ने नमाज दे एक आला है एक अदना है। अदना है कि बंदा इन नमाज पढ़े कि मैं नमाज पिया पढ़ना ते अल्लाह मैनू वेंदा है पिया ये अदना दर्जा है। आला दर्जा ऐसा है कि बंदा नमाज इस अंदाज नाल पढ़े कि मैं अल्लाह नू पिया वेखना वा। यहूदी कहन लगा जी गल ए वे तुसी कदी अल्लाह नू वेखिया तुसी कदी अल्लाह नू। मौला अली मुस्करा के फरमांदे ने कि यार मैं ते दूसरा सजदा करदा नहीं पहले सजदे तो सिर उठा के ना दूसरा सजदा उन्नी देर करदा नहीं जिनी देर तक मैं अल्लाह नू वेख नहीं लैंदा। मौला अली फरमांदे ने मैं उन्नी देर तक सजदे सिर उठांदा नहीं जदों तक मैं अली अपने अल्लाह नू वेख नहीं लैंदा। दरा दरा गौर करियो मौला अलीओ ने जिन्हें कोल अगर कोई मंगत आवे ओनू ही अता कर लेने अगर कोई भुखा आवे ओनू लंगर अता कर लेने। हजरत नी वकार मौला अली करन वल्लाह वजहुल करीम दा जिक्र करना ए इबादत की वजाए मौला अली हर वेले अल्लाह अल्लाह करदे रहने। अल्लाह करीम ने फरमाया जेड़ा नबी दा खो गया ओदा जिक्र मैं कयामत तक बाकी रखांगा ओदा मैं जिक्र बाकी रखांगा। मेरे भाइयो आखरी बातां ने ते गुफ्तगू मुकम्मल मौला अली दा जिक्र ऐसा करो इधरों दीवाना कयामत नूं गवाह बन जाण। मन कुण तो मौला अली अली मन कुण तो मौला मन कुण तो मौला अली मेरे नबी ने बोला मेरे नबी ने बोला मेरे नबी ने बोला जेड़ी मैं हदीस अगे पढ़ी ओदा तर्जमा पिया करना मेरे नबी ने बोला
میں جس کا مولا میں جس کا مولا علی ہے اس کا مولا علی حیدر 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 ہر درد کا تارا ہے ورد ہمارا ہے سب کا نارا ہے سب کا نارا ہے ورد ہمارا میں نوکر تیرا تو مالک میرا میں نوکر تیرا تو مالک میرا میں سائل تیرا تو داتا میرا میں نوکر تیرا تو داتا میرا میری جان جوانی میری جان جوانی میں مر جاؤں مولا میرے کفن پہ لکھنا میری قبر پہ لکھنا ہر زبان پکارے ہے زبان پکارے او بولو سارے صدیق دا بیلی عمر دا پیارا عثمان دا تارا عثمان دا تارا زہرا دا شوہر جوہر کی جوہر اے گنجے گوہر ہے گنجے گوہر ایک بھوکا آیا میرے مولا علی پاک دے کول بھوکا ایک آیا نبینا سی کہن لگا جی مینوں کچھ دیو آپ نے نہ فرمایا کمبر کچھ دے دے نہ کہ دور روٹی ایک منگدا ہے آپ نے فرمایا روٹی دے دے عرض کیتی دور توشہ دان چ نے آپ نے فرمایا وہ سارے دے دے عرض کیتی حضور اونٹ تے پیا ہے فرمایا اونٹ ہی دے دے عرض کیتی حضور قطار دے وچ اونٹ لگے نے پتہ نہیں وہ کیڑی کیڑے اونٹ دے اوتے آپ نے فرمایا سارے دے سارے دے دے اے دی میں ترجمہ نہیں پیا کرنا ایک بھوکا آیا ہے ایک بھوکا آیا ہے بڑی دوروں آیا بڑی دوروں آیا مینوں لنگر دے دے مینوں لنگر دے دے جڑا اچھی بولے سارا سال رزق وچ کمی نہ آیا مینوں لنگر دے دے مینوں لنگر دے دے آپ نے فرمایا اینوں کمبر دے دے اینوں کمبر دے دے مینوں صدقہ دے دے حسین دا صدقہ حسن دا صدقہ غازی دا صدقہ تیرے نبی دا صدقہ تیرے نبی دا صدقہ میرا بو مولا بولا میرا بو مولا بولا اینو کمبر دے دے اگو کمبر بولا اے میرے مولا جو کچھ بھی پڑا ہے وہ اونٹ پہ رکھا میرا مولا بولا اسے اونٹ ہی دے دے اسے اونٹ ہی دے دے پھر کمبر بولا اے میرے مولا وہ اونٹ کھڑا ہے قطار کے اندر میرا مولا بولا قطار ہی دے دے انہوں کسے پوچھے اللہ اکبر انہوں کسے پوچھے آؤ تینوں کوئی لبا ہے مولا علی پاک دی بارگاہ سوال کیتا ہے وہ نبینا سی بچارا انہوں نے پتا پیچھے کی کہنے لگا سمجھ کونے لگی ہے رسی جی پھڑا گئی رسی جی پھڑا گئی میں روٹی پیا منگنا سا تے رسی انہاں کہ یار انہاں تینوں چالی اونٹاں دی قطار دے دتی اے ہن منگن والا دس روپیے منگے انہوں ہزار دا نوٹ کڈ کے دتا اے او بڑیاں دعاواں دیندا اے او منگتا وی کہن لگا میں رج گیا مولا میں رج گیا مولا جڑا رجے اچھی آواز دے نال میں رج گیا مولا او تیرا کرم وے او تیرا کرم وے تیرے کرم نال میں رج گیا مولا میرا مولا بولا او کیے سونا او منگتا بولا تیری جوڑی جیوے تیرا جوڑی جیوے شبر بھی جیوے
ਸ਼ਬੀਰ ਵੀ ਜੀਵੇ ਤੇਰਾ ਗਾਦੀ ਜੀਵੇ ਤੇਰੀ ਦਹਰਾ ਜੀਵੇ ਉਹ ਤੇਰਾ ਵੇਣਾ ਜੀਵੇ ਉਹ ਤੇਰਾ ਚਿਹਰਾ ਜੀਵੇ ਮੌਲਾ ਅਲੀ ਮੁਸਕਰਾ ਕੇ ਫਰਮਾਉਂਦੇ ਨੇ ਖੁਸ਼ ਕਹਿਣ ਲੱਗਾ ਜੀ ਬੱਚੇ ਜੀਵਣ ਬੜਾ ਹੀ ਖੁਸ਼ਾਂ ਇਹ ਮੌਲਾ ਅਲੀ ਪਾਕ ਦੀ ਸ਼ਾਨ ਹੈ ਆਪਦੇ ਕੋਲ ਇੱਕ ਫਕੀਰ ਆਇਆ ਫਕੀਰ ਨੇ ਆ ਕੇ ਕੁਝ ਮੰਗਿਆ ਆਪਨੇ ਫਰਮਾਇਆ ਮੰਗ ਕੀ ਮੰਗਣਾ ਹੈ ਉਹਨਾਂ ਕਹਿੰਦੇ ਜੋ ਦਿਲ ਚ ਦੇ ਦਿਓ ਆਪਨੇ ਫਰਮਾਇਆ ਤੂੰ ਫਿਕਰ ਨਾ ਕਰ ਮੈਂ ਅਲੀ ਤੇਰੇ ਲਈ ਕੁਝ ਕਮਾ ਕੇ ਤੇ ਫਿਰ ਮੈਂ ਤੈਨੂੰ ਦੇ ਦਿੰਦਾ ਅੱਜ ਤਾਂ ਸਾਡੇ ਕੋਲ ਕੁਝ ਨਾ ਹੋਵੇ ਨਾ ਬਿਲਕੁਲ ਨਾ ਕਰ ਚੜਨੇ ਵੀ ਯਾਰ ਕੋਈ ਨੀ ਹੈ ਕੋਈ ਨੀ ਤੇ ਇਹ ਤਿੰਨ ਫਕੀਰਾਂ ਤੋਂ ਬਾਅਦ ਚੌਥਾ ਆ ਜਾਏ ਤੇ ਉਹਨੂੰ ਇੱਕੋ ਹੀ ਆਵਾਜ਼ ਹੁੰਦੀ ਅੱਲਾ ਜੀ ਉਹ ਅਗਲਾ ਸਮਝ ਜਾਂਦਾ ਵੀ ਇਹਦੇ ਵੱਲੋਂ ਕੋਈ ਸ਼ਹਿਰ ਨਹੀਂ ਲੇਕਿਨ ਮੌਲਾ ਅਲੀ ਪਾਕ ਦੇ ਕੋਲ ਕੋਈ ਨਹੀਂ ਤੇ ਆਪਨੇ ਫਰਮਾਇਆ ਤੂੰ ਠਹਿਰ ਮੈਂ ਤੇਰੇ ਲਈ ਮਜ਼ਦੂਰੀ ਕਰਕੇ ਕੁਝ ਲੈ ਆਉਣਾ ਇੱਕ ਯਹੂਦੀ ਦੇ ਕੋਲ ਗਏ ਉਹਨਾਂ ਕਿਹਾ ਕਿ ਯਾਰ ਮੈਨੂੰ ਮਜ਼ਦੂਰੀ ਦੇ ਦੇ ਉਹਨਾਂ ਕਹਿੰਦਾ ਦੇ ਦਿੰਦੇ ਇਹ ਡੋਲ ਪਾਣੀ ਦੇ ਕੱਢੀ ਆ ਫੀ ਡੋਲ ਮੈਂ ਇੱਕ ਖਜੂਰ ਦੇਵਾਂਗਾ ਉਹ ਡੋਲ ਕੱਢੀ ਗਏ ਖਜੂਰਾਂ ਲਈਆਂ ਤੇ ਉਹਨੂੰ ਆ ਕੇ ਕਹਿਣ ਲੱਗੇ ਨਾਰਾਜ਼ ਨਾ ਹੋਈ ਥੋੜ੍ਹੀ ਦੇਰ ਹੋ ਗਈ ਇਹ ਵੇ ਮੌਲਾ ਅਲੀ ਜਿਨ੍ਹਾਂ ਦਾ ਜ਼ਿਕਰ ਅਸੀਂ ਪੇ ਕਰਨੇ ਆ ਸਿਰ ਤੋਂ ਪੈਰਾਂ ਤੱਕ ਹੋਵੇ ਹਮ ਸ਼ਕਲ ਪਾਵੇ ਬੱਚਾ ਬਿੱਲੀ ਦਾ ਸ਼ੇਰ ਨਹੀਂ ਹੋ ਸਕਦਾ ਜਿਹੜਾ ਜ਼ਰਬ ਨਾਲ ਖੈਬਰ ਦਾ ਦਰ ਤੋੜੇ ਅਲੀ ਵਰਗਾ ਦਲੇਰ ਨਹੀਂ ਹੋ ਸਕਦਾ ਕਿਸੇ ਮਰਦੇ ਕਲੰਦਰ ਦੀ ਨਜ਼ਰ ਬਾਜੋਂ ਕਿਸੇ ਮਰਦੇ ਕਲੰਦਰ ਦੀ ਨਜ਼ਰ ਬਾਜੋਂ ਨਫਸ ਕਦੇ ਵੀ ਦੇਰ ਉਹ ਨਹੀਂ ਹੋ ਸਕਦਾ ਹੋਵੇ ਮੁਨਕਰ ਅਲੀ ਦਾ ਤੇ ਜਾਵੇ ਜੰਨਤ ਤੋਬਾ ਐਡਾ ਹਨੇਰ ਨਹੀਂ ਹੋ ਸਕਦਾ ਤੋਬਾ ਐਡਾ ਹਨੇਰ ਉਹ ਮੁਨਕਰ ਅਲੀ ਦਾ ਹੋਵੇ ਤੇ ਜਾਵੇ ਜੰਨਤ ਤੋਬਾ ਐਡਾ ਹਨੇਰ ਨਹੀਂ ਹੋ ਸਕਦਾ ਅਦਰਾਤ ਗ੍ਰਾਮੀ ਕਦਰ ਮੌਲਾ ਅਲੀ ਕਰਮ ਲਵਜ ਹੁਲ ਕਰੀਮ ਦਾ ਜ਼ਿਕਰ ਤੁਸੀਂ ਸਮਾਜ ਫਰਮਾਇਆ ਤੇ ਅੱਜ ਵਾਕੇ ਤੁਸੀਂ ਸ਼ੇਰ ਬਣ ਕੇ ਸੁਣਿਆ ਰੋਜ਼ੇ ਦੇ ਨਾਲ ਬੋਲਿਓ ਅੱਲਾ ਪਾਕ ਤੁਹਾਨੂੰ ਕਿਸੇ ਦਾ ਮੁਹਤਾਜ ਨਾ ਕਰੇ ਜ਼ਿਕਰੇ ਅਲੀ ਦਾ ਸਦਕਾ ਅੱਲਾ ਪਾਕ ਤੁਹਾਨੂੰ ਸਖਾਵਤ ਦੀ ਤੋਫੀਕ ਅਤਾ ਫਰਮਾਏ ਕਿਉਂਕਿ ਨਬੀ ਵੀ ਸਖੀ ਏ ਅਲੀ ਵੀ ਸਖੀ ਏ ਉਹਦੇ ਬੱਚੇ ਵੀ ਸਖੀ ਨੇ ਤੇ ਜਿਹੜਾ ਉਹਨਾਂ ਦਾ ਜ਼ਿਕਰ ਕਰੇ ਅੱਲਾ ਦਿਲ ਵੀ ਸਖੀਆਂ ਵਾਲਾ ਅਤਾ ਫਰਮਾ ਦਿੰਦੇ ਮਾਸ਼ਾਅੱਲਾ ਤੁਹਾਡੇ ਸਾਰਿਆਂ ਦੀ ਮੁਹੱਬਤ ਹਮੇਸ਼ਾ ਦੇ ਨਾਲ ਹਰ ਵਾਰਾਂ ਮਸਜਿਦ ਦੇ ਨਾਲ ਕਾਇਮ ਦਾਇਮ ਰਹੀਏ ਮਾਸ਼ਾਅੱਲਾ ਤੁਸੀਂ ਤਾਵਣ ਕਰਦੇ ਹੋ ਅੱਲਾ ਪਾਕ ਤੁਹਾਡੇ ਸਾਰਿਆਂ ਦੇ ਕਾਰੋਬਾਰ ਮਾਲੋ ਜਾਨ ਵਿੱਚ ਬਰਕਤਾਂ ਅਤਾ ਫਰਮਾਏ ਤੁਸੀਂ ਪਿਛਲੇ ਜੁਮੇ ਵੀ ਇੰਨਾ ਤਾਵਣ ਕੀਤਾ ਕਿ ਦਿਲ ਨਹੀਂ ਕਿ ਤੁਹਾਨੂੰ ਹੋਰ ਕੋਈ ਬੰਦਾ ਕਿਹਾ ਜਾਵੇ ਲੇਕਿਨ ਇਤਮਾਮੇ ਹੁਜਜਤ ਵਾਸਤੇ ਕਿ ਹੋ ਸਕਦਾ ਕਿਸੇ ਦੇ ਦਿਲ ਵਿੱਚ ਹੋਵੇ ਕਿ ਐਰਕਾਂ ਅਗਰ ਐਲਾਨ ਹੋਇਆ ਤਾਂ ਅਸੀਂ ਅੱਲਾ ਦੇ ਘਰ ਦੇ ਨਾਲ ਤਾਵਣ ਕਰਾਂਗੇ ਜ਼ਰੂਰ ਬਿਲ ਜ਼ਰੂਰ ਤਾਵਣ ਕਰਿਆ ਕਰੋ ਅੱਲਾ ਦੇ ਘਰ ਦੇ ਨਾਲ ਪਿਛਲੀ ਵਾਰ ਮਾਸ਼ਾਅੱਲਾ ਹੁਣ ਤਾਂ ਭੇਣ ਹੈ ਨਾ ਪਿਛਲੀ ਵਾਰ ਸਾਰੇ ਵੀ ਝੋਲੀ 'ਚ ਸਨ ਅੱਲਾ ਪਾਕ ਦੀ ਰਾਹ ਦੇ ਅੰਦਰ ਸਨ ਅੱਲਾ ਪਾਕ ਤੁਹਾਡਾ ਬੋਲਣਾ ਸਲਾਮਤ ਰੱਖੇ ਤੁਹਾਡੀ ਮੁਹੱਬਤ ਨੂੰ ਸਲਾਮਤ ਰੱਖੇ ਕਿਉਂਕਿ ਹਰ ਰੋਜ਼ ਤਰਾਵੀ ਦੇ ਅੰਦਰ ਮੁਕੰਮਲ ਕੁਰਾਨ ਪਾਕ ਸੁਣਾਇਆ ਜਾ ਰਿਹਾ ਹਾਫਜ਼ੇ ਕੁਰਾਨ ਕਾਰੀਉਲ ਕੁਰਾਨ ਮਾਸ਼ਾਅੱਲਾ ਪੂਰਾ ਕੁਰਾਨ ਪਾਕ ਸੁਣਾ ਰਹੇ ਨੇ ਇਹ ਸੁਨਤ ਮੁਅੱਕਦਾ ਇਹ ਪੂਰਾ ਕੁਰਾਨ ਪਾਕ ਸੁਣਨਾ ਮਾਸ਼ਾਅੱਲਾ ਨਮਾਜ਼ੀ ਪਿੱਛੇ ਨਮਾਜ਼ ਪੜ੍ਹ ਕੇ ਨਮਾਜ਼ ਤਰਾਵੀ ਦੇ ਅੰਦਰ ਕੁਰਾਨ ਪਾਕ ਸਮਾਰ ਫਰਮਾਉਂਦੇ ਨੇ ਤੇ ਉਹਨਾਂ ਨੂੰ ਜ਼ਾਹਿਰ ਬਾਤ ਇਹਦਾ ਮੁੱਲ ਤਾਂ ਕੋਈ ਨਹੀਂ ਹੁੰਦਾ ਇਹਦੀ ਕੀਮਤ ਕੋਈ ਨਹੀਂ ਹੁੰਦੀ ਨਾ ਇਹ ਜਿਹੜਾ ਮੈਂ ਜ਼ਿਕਰ ਕੀਤਾ ਇਹਦੀ ਕੋਈ ਕੀਮਤ ਹੈ ਇਹ ਜਿਹੜੀ ਤੁਸੀਂ ਖਿਦਮਤ ਕੀਤੀ ਹੈ ਨਾ ਖਿਦਮਤ ਦੇ ਅੰਦਰ ਹਦੀਏ ਦੇ ਅੰਦਰ ਆ ਸਕਦੀ ਹੈ ਕੀਮਤ ਇਹਦੀ ਕੋਈ ਨਹੀਂ ਕਿਉਂਕਿ ਇਹ ਜ਼ਿਕਰ ਐਸੇ ਨੇ ਕੁਰਾਨ ਪਾਕ ਹੋ ਗਿਆ ਹਦੀਸ ਮੁਸਤਫਾ ਹੋ ਗਈ ਫਰਮੀਨ ਔਲੀ ਅਜ਼ਾਮ ਹੋ ਗਏ ਤੇ ਇਹ ਹਜ਼ੂਰ ਅਲੈਹਿ ਸਲਾਤੁ ਵਸਲਾਮ ਦਾ ਜ਼ਿਕਰ ਹੋ ਗਿਆ ਇਹਦੀ ਕੀਮਤ ਕੋਈ ਨਹੀਂ ਲੇਕਿਨ ਉਹਨਾਂ ਦੀ ਖਿਦਮਤ ਕਰਨਾ ਉਹਨਾਂ ਦੀ ਹੌਸਲਾ ਅਫਜ਼ਾਈ ਕਰਨਾ ਸਾਡਾ ਸਾਰਿਆਂ ਦਾ ਹੱਕ ਬਣਦਾ ਕਿ ਅਸੀਂ ਉਹਨਾਂ ਦੀ ਖਿਦਮਤ ਕਰੀਏ ਹਰ ਮਸਜਿਦ ਦੇ ਅੰਦਰ ਜਿਹੜੇ ਹੁਫਾਤ ਤੇ ਕੁਰਾ ਹਜ਼ਰਾਤ ਕੁਰਾਨ ਪਾਕ ਸੁਣਾਉਂਦੇ ਨੇ ਉਹਨਾਂ ਦੀ ਖਿਦਮਤ ਕੀਤੀ ਜਾਂਦੀ ਹੈ ਅਗਲਾ ਜਿਹੜਾ ਜੁਮਾ ਆ ਰਿਹਾ ਹੈ ਉਸ ਜੁਮੇ ਨੂੰ ਹੀ 27ਵੀਂ ਸ਼ਾਬੇ ਲੈਲਤੁਲ ਕਦਰ ਹੈ ਉਸ ਰਾਤ ਨੂੰ ਅਲਵਿਦਾ ਕਰਨਾ ਹੈ ਕਾਰੀ ਕੁਰਾਨ ਨੂੰ ਤੇ ਸਾਰੇ ਦੋਸਤ ਸਬਾਬ ਆਪਣਾ ਜਿਹੜਾ ਤਾਵਣ ਹੈ ਨਾ ਉਹਨਾਂ ਦੇ ਨਾਲ ਭਰਪੂਰ ਫਰਮਾਇਆ ਜੀ ਇੰਤਜ਼ਾਮੀਆ ਮਸਜਿਦ ਹੀ ਮੌਜੂਦ ਹੈ
ਇਹ ਸਾਰੇ ਕਲੀਨ ਤੁਹਾਡੇ ਤਾਮਨ ਦੇ ਨਾਲ, ਏਸੀ ਅਗਰ ਚੱਲਦੇ ਨੇ ਤੁਹਾਡੇ ਤਾਮਨ ਦੇ ਨਾਲ, ਹਰ ਚੀਜ਼ ਤੁਹਾਡੇ ਸਾਰਿਆਂ ਦੀ ਮੁਹੱਬਤ ਸ਼ਾਮਲ ਹਾਲ ਹੋ ਕੇ ਫਿਰ ਆਉਂਦੀ ਹੈ। ਦੁਆ ਕਰਾਂਗਾ ਅੱਲਾਹ ਪਾਕ ਸਾਨੂੰ ਸਾਰਿਆਂ ਨੂੰ ਤੋਫੀਕ ਅਤਾ ਫਰਮਾਏ। ਅੱਜ ਮੈਂ ਇਹ ਨਹੀਂ ਕਹਿਣਾ ਵੀ ਤੁਸੀਂ ਉੱਠੋ ਫਿਰ ਕਰੋ ਖਿਦਮਤ, ਜਿਹਦਾ ਦਿਲ ਕਰਦਾ ਹੈ ਉਹ ਖਿਦਮਤ ਕਰ ਦਿਓ, ਕਿਉਂਕਿ ਤਿੰਨ ਚਾਰ ਜੋ ਮੈਂ ਲਗਾਤਾਰ ਐਲਾਨ ਹੁੰਦਾ ਰਿਹਾ ਕਿ ਅੱਲਾਹ ਦੇ ਘਰ ਦੇ ਨਾਲ ਤਾਮਨ ਕਰੋ, ਅਤੇ ਉਹ ਨਾ ਹੋਵੇ ਕੋਈ ਬੰਦੇ ਇਹ ਇਤਰਾਜ਼ ਕਰਦੇ ਨੇ ਵੀ ਕਰੇ ਸਾਹਿਬ ਵਾਹ ਪਹਿਲੇ ਢਿੱਲ ਮਾਰਦੇ ਨੇ ਬਾਅਦ 'ਚ 5 ਮਿੰਟ ਸਾਨੂੰ ਝਾੜਦੇ ਨੇ, ਅਤੇ ਮੈਂ ਤੁਹਾਨੂੰ ਕੋਈ ਗੱਲ ਨਹੀਂ, ਜਿਨ੍ਹਾਂ ਨੇ ਤਾਮਨ ਕਰਨਾ ਅੱਲਾਹ ਦੇ ਘਰ ਦੇ ਨਾਲ ਉਹ ਬੇਖੌਫੋ ਖਤਰ ਜਿਹੜਾ ਹੈ ਅੱਲਾਹ ਪਾਕ ਦੇ ਘਰ ਦੇ ਨਾਲ ਤਾਮਨ ਕਰੋ। ਮਾਸ਼ਾ ਅੱਲਾਹ ਸਾਡੇ ਬਾਬਾ ਜੀ ਉਹਨਾਂ ਨੇ 100 ਰੁਪਿਆ ਅੱਲਾਹ ਪਾਕ ਦੇ ਘਰ ਦੇ ਨਾਲ ਤਾਮਨ ਕੀਤਾ। ਦੁਆ ਹੈ ਅੱਲਾਹ ਪਾਕ ਸਾਨੂੰ ਸਾਰਿਆਂ ਨੂੰ ਮਜ਼ੀਦ ਖਿਦਮਤ ਦੀਨ ਦੀ ਤੋਫੀਕ ਅਤਾ ਫਰਮਾਏ। ਆਮੀਨ ਬਿਜਾਹ ਨਬੀ ਜਲ ਕਰੀਮ ਸੱਲੱਲਾਹੁ ਤਾਲ ਬਾਰਕ ਸਲਮ। ਅਗਲੇ ਜੁਮੇ ਇਨਸ਼ਾਅੱਲਾ ਨਾਲੇ ਜੁਮਤ ਮੁਬਾਰਕ ਦੇ ਖੁਤਬਾ ਦੇ ਅੰਦਰ ਕੋਈ ਨਵੀਆਂ ਚੀਜ਼ਾਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ। ਪੂਰੇ ਹਫ਼ਤੇ ਦੀ ਮਿਹਨਤ ਹੁੰਦੀ ਹੈ ਜਿਹੜੀ ਤੁਹਾਡੇ ਸਾਹਮਣੇ ਤਕਰੀਰ ਕੀਤੀ ਜਾਂਦੀ ਹੈ, ਪੂਰੇ ਹਫ਼ਤੇ ਦੀ ਮਿਹਨਤ ਹੁੰਦੀ ਹੈ, ਪੂਰਾ ਹਫ਼ਤਾ ਮਿਹਨਤ ਕਰਕੇ ਫਿਰ ਤੁਹਾਡੇ ਸਾਹਮਣੇ ਤਕਰੀਰ ਰੱਖੀ ਜਾਂਦੀ ਹੈ। ਤੁਸੀਂ ਜਿਵੇਂ ਸੁਣਦੇ ਹੋ ਦਿਲ ਖੁਸ਼ ਹੁੰਦਾ ਹੈ ਕਿ ਯਾਰ ਮੇਰੀ ਮਿਹਨਤ ਦਾ ਮੁੱਲ ਪੈ ਗਿਆ, ਮੇਰੀ ਮਿਹਨਤ ਦਾ ਅਸਰ ਹੋ ਗਿਆ ਕਿ ਕਿਸੇ ਦੇ ਦਿਲ ਦੇ ਅੰਦਰ ਮੇਰੇ ਮੁਸਤਫਾ ਅਲੈਹਿ ਸਲਾਤੁ ਸਲਾਮ ਦੇ ਵੀਰ ਅਲੀ ਦੀ ਗੱਲ ਬੈਠ ਗਈ, ਅੱਲਾਹ ਵੀ ਕਬੂਲ ਫਰਮਾ ਲੇ, ਅੱਲਾਹ ਦਾ ਸੋਹਣਾ ਹਬੀਬ ਵੀ ਕਬੂਲ ਫਰਮਾ ਲੇ। ਤੇ ਮੇਰੇ ਬਾਈਓ ਅਗਲੇ ਜੁਮੇ ਇਨਸ਼ਾਅੱਲਾ ਨਵੀਆਂ ਚੀਜ਼ਾਂ ਲੈ ਕੇ ਆਵਾਂਗਾ, ਤੇ ਨਾਲੇ ਰਾਤ ਨੂੰ 27ਵੀਂ ਸ਼ਬ ਲੈਲਤੁਲ ਕਦਰ ਹੈ। ਮੈਂ ਤੇ ਇੰਤਜ਼ਾਮੀਆਂ ਨੂੰ ਪਹਿਲੇ ਆਖਿਆ ਕਿ ਇੱਕ ਤਿਲਾਵਤ ਹੋਵੇ ਨਾਤ ਹੋਵੇ ਤਕਰੀਰ ਸ਼ੁਰੂ ਹੋ ਜਾਏ ਜਿਹੜੀ ਮੁਕਤਸਰ ਤਕਰੀਰ ਹੋਣੀ ਹੈ, ਤਾਂ ਕਿ ਇਬਾਦਤ ਦੀ ਰਾਤ ਹੈ, ਜੁਮੇ ਦੇ ਅੰਦਰ ਵੀ ਤਕਰੀਰ ਹੋਈ ਹੋਣੀ ਹੈ ਤੇ ਰਾਤ ਨੂੰ ਵੀ। ਹਾਂਜੀ ਹਾਂਜੀ ਇਨਸ਼ਾਅੱਲਾ ਇਨਸ਼ਾਅੱਲਾ ਅੱਲਾਹ ਪਾਕ ਕਰਮ ਨਾਲ ਫਰਮਾਏ। ਅਗਲੇ ਜੁਮੇ ਇਨਸ਼ਾਅੱਲਾ ਇਸੇ ਅੰਦਾਜ਼ ਦੇ ਨਾਲ ਬਿਆਨ ਹੋਏਗਾ। ਦੁਆ ਹੈ ਅੱਲਾਹ ਪਾਕ ਸਾਨੂੰ ਅਮਲ ਦੀ ਤੋਫੀਕ ਅਤਾ ਫਰਮਾਏ। ਆਮੀਨ ਬਿਜਾਹ ਨਬੀ ਜਲ ਕਰੀਮ ਸੱਲੱਲਾਹੁ ਤਾਲਾ ਅਲੈਹਿ ਵਸੱਲਮ। ਖੁਤਬਾ ਸਮਾਰ ਫਰਮਾਉਣ ਵਾਲੇ ਸੁਨਤਾ ਪੜ